ਜੀ ਦੋਸਤੋ, ਸਲਾਮ ਅਲੈਕਮ। ਖਲੀਫਾ ਮਹਿਬੂਬ ਫਾਤਿਹ ਫੈਸਲਾਬਾਦ ਗਰੁੱਪ, ਅੱਜ ਸਾਡਾ ਕੱਪ ਉੱਡਿਆ ਆਲ ਫੈਸਲਾਬਾਦ, ਅਤੇ ਮਾਸ਼ਾਅੱਲਾ ਨਾਮੀ ਗ੍ਰਾਮੀ ਛੱਤਾਂ ਵਿੱਚ ਇੰਟਰ ਨੇ, ਅਤੇ ਸਾਡੇ ਸਾਬਕਾ ਚੇਅਰਮੈਨ ਇਨਸਾਫ ਕਮੇਟੀ, ਮਾਸ਼ਾਅੱਲਾ ਬੜੀ ਖੁਸ਼ੀ ਹੋਈ ਆ ਸਾਡੇ ਕੱਪ 'ਚ ਦੁਬਾਰਾ ਇਹਨਾਂ ਨੇ ਐਰਕੀ ਇੰਟਰੀ ਕਰਾਈ ਹੈ। ਉਸਤਾਦ ਮੁਹਤਰਮ, ਅਸਲਾਮ ਅਲੈਕਮ। ਸਾਡੇ ਵੱਲੋਂ, ਸਾਡੇ ਸਾਰੇ ਗਰੁੱਪ ਵੱਲੋਂ ਤੁਹਾਨੂੰ ਤਾਂ ਪੁਰਾਣੀਆਂ ਮੁਹੱਬਤਾਂ ਵਾਂ, ਪਹਿਲੀਆਂ ਮੁਹੱਬਤਾਂ ਵਾਂ, ਅਤੇ ਮਾਸ਼ਾਅੱਲਾ ਜੁੜੀ ਹੈ ਛੱਤ ਆਪਣੀ। ਉਸਤਾਦ ਮੁਹਤਰਮ ਆਸਫ ਸਿੰਧੂ ਸਾਹਿਬ ਜੀ, ਉਸਤਾਦ ਜੀ, ਅਸੀਂ ਤੁਹਾਡੀ ਛੱਤ 'ਤੇ ਆ ਗਏ। ਮਾਸ਼ਾਅੱਲਾ ਮੁਬਾਰਕ ਹੋਏ ਜੀ ਤੁਹਾਨੂੰ ਵੀ, ਜਿਹੜਾ ਕੱਪ ਇੰਨੇ ਅੱਛੇ ਉਡਾ ਰਹੇ ਹੋ। ਹਾਂਜੀ, ਅਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਰਲ ਕੇ। ਬਿਲਕੁਲ ਜੀ, ਬਿਲਕੁਲ, ਮਾਸ਼ਾਅੱਲਾ। ਅੱਗੇ ਤੋਂ ਵੀ ਇਹ ਸ਼ੌਕ ਜਿਹੜਾ ਰਲ ਕੇ ਕਰਾਂਗੇ। ਹਾਂਜੀ, ਅੱਛਾ ਸ਼ੌਕ ਦੇਖੋ ਜੀ ਸਾਰੇ ਦੋਸਤ, ਕੋਈ ਮੁਫੀਦ ਦੋਸਤਾਂ ਨੂੰ ਮਸ਼ਵਰਾ, ਅੱਛੇ ਸ਼ੌਕ ਵਾਸਤੇ ਇਹੀ ਹੈ ਕਿ ਸ਼ੌਕ ਅੱਛੇ ਤਰੀਕੇ ਨਾਲ ਕਰਨ। ਇਸ ਸ਼ੌਕ ਦੇ ਵਿੱਚ ਜਿਹੜਾ ਬੇਈਮਾਨੀ ਨਹੀਂ ਹੋਣੀ ਚਾਹੀਦੀ। ਨਹੀਂ ਜੀ, ਬਿਲਕੁਲ, ਫਾਰਜਤ ਜਿਹੜੀ ਬਣੀ ਹੈ। ਹਾਂਜੀ, ਅਤੇ ਇਹਦੇ ਵਿੱਚ ਇਹ ਕਿ ਅੱਛੇ ਤਰੀਕੇ ਨਾਲ ਸ਼ੌਕ ਕਰਨ, ਅਖਲਾਕ ਨਾਲ ਪੇਸ਼ ਆਉਣ ਇੱਕ ਦੂਸਰੇ ਨਾਲ, ਇਹੋ ਹੀ ਚੀਜ਼ ਹੈ। ਬਹੁਤ ਮਿਹਰਬਾਨੀ। ਲਓ ਜੀ ਦੋਸਤੋ, ਮਾਸ਼ਾਅੱਲਾ ਜਿਹੜਾ ਵੀ ਸਾਡਾ ਮੁਹਤਰਮ ਉਸਤਾਦ ਕਬੂਤਰਬਾਜ਼ੀ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਆ ਔਰ ਸ਼ੌਕ ਨੂੰ ਵਧਾਉਣਾ ਚਾਹੁੰਦੇ ਆ, ਉਹ ਸਾਡੇ ਉਸਤਾਦ ਦੇਖ ਲਓ ਦੋਸਤਾਂ ਨੂੰ ਮਸ਼ਵਰਾ ਦਿੰਦੇ ਆ। ਛੱਤ ਵਾ ਸਾਡੇ ਉਸਤਾਦ ਮੁਹਤਰਮ ਆਸਫ ਸਿੰਧੂ ਸਾਹਿਬ ਦੀ, ਅੱਜ ਉੱਡੀ ਆ। ਹਾਂਜੀ, ਇਹ ਪਹਿਲਾ ਬੈਠਾ ਆਪਣਾ। ਲਓ ਜੀ, ਇਹ ਪਹਿਲਾ ਕਬੂਤਰ ਬੈਠਾ ਉਸਤਾਦ ਆਸਫ ਸਿੰਧੂ ਸਾਹਿਬ ਦਾ, ਬਾਕੀ ਮਾਸ਼ਾਅੱਲਾ ਬੰਦ ਵਾ ਹਜੇ, ਅਤੇ ਅੱਛਾ ਸ਼ੌਕ ਹੋ ਰਿਹਾ ਵਾ। ਇਹ ਖੁੱਡਾ ਹੈਗਾ ਜਿਹੜੇ ਬੈਠਣਗੇ ਉਹਨਾਂ ਦਾ, ਬਗੈਰ ਮੁਨਸਬ ਬੈਠੇ ਆ, ਦੋਸਤ ਬੈਠੇ ਆ, ਦੋਸਤਾਂ ਨਾਲ ਤਾਰਫ ਵੀ ਕਰਾਉਂਦੇ ਹਾਂ। ਮਾਸ਼ਾਅੱਲਾ ਜੀ, ਜਾਲ ਜਾਫਰੀਆਂ ਵਿੱਚ ਕਬੂਤਰ, ਰੂਲ ਸਾਡੇ ਫੋਲੋ ਕਰਦੇ ਨੇ ਸਾਰੇ ਮਾਸ਼ਾਅੱਲਾ ਉਸਤਾਦ, ਔਰ ਸਾਨੂੰ ਤਲਕੀਨ ਕਰਦੇ ਕਿ ਅੱਛਾ ਸ਼ੌਕ ਕਰਾਓ। ਬਹੁਤ ਬਹੁਤ ਮਿਹਰਬਾਨੀ ਉਸਤਾਦ ਜੀ ਤੁਹਾਡੀ, ਐਡੀ ਗਰਮੀ ਦੇ ਵਿੱਚ ਮਿਹਰਬਾਨੀ। ਸਾਨੂੰ ਤਾਂ ਜੀ ਤੁਹਾਡੇ ਨਾਲ ਵੈਸੇ ਵੀ ਬੜਾ ਲਗਾਓ ਆ, ਮੁਹੱਬਤ ਆ, ਸਾਡੇ ਗਰੁੱਪ ਨੂੰ ਤੁਸੀਂ ਲੀਡ ਕਰਦੇ ਰਹੇ ਹੋ ਅੱਛੇ ਸ਼ੌਕ ਦੇ ਵਿੱਚ। ਪਹਿਲਾਂ ਉਸਤਾਦ ਹੁਣ ਅਸੀਂ ਛੱਤ ਥੱਲਿਓਂ ਉੱਡਦੀ ਹੁੰਦੀ ਸੀਗੀ, ਉਹ ਸਾਹਮਣੇ ਹੋ, ਹੁਣ ਛੱਤ ਦੇ ਉੱਤੋਂ ਉਡਾਉਣੇ ਸ਼ੁਰੂ ਕੀਤੇ ਆ। ਅਤੇ ਹਾਂਜੀ, ਇਹ ਬਣ ਰਿਹਾ, ਹਾਂਜੀ ਇਹ ਦੇ ਬਣ ਰਹੀ ਹੈ ਛੱਤ ਦੁਬਾਰਾ, ਇਹ 'ਤੇ ਆ ਜਾਣਗੇ, ਪਹਿਲਾਂ ਉੱਧਰ ਸੀ। ਅੱਲਾ ਪਾਕ ਮਜ਼ੀਦ ਤਰੱਕੀ ਦੇਵੇ ਸ਼ੌਕ ਨੂੰ, ਸਾਡੀ ਤਾਂ ਕੋਸ਼ਿਸ਼ ਹੈ ਜੀ ਅੱਛੇ ਤੋਂ ਅੱਛਾ ਸ਼ੌਕ ਹੋਵੇ। ਥੱਲੇ ਬੈਠੀ ਕਬੀਨਾ ਮੁਨਸਫ, ਉਹਨਾਂ ਨਾਲ ਗੱਲ ਕਰਾਉਂਦੇ ਹਾਂ ਜਾ ਕੇ ਹੁਣ।